ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। ਪੰਜਾਬ ਸਰਕਾਰ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਪਏ ਆਪਸੀ ਕਲੇਸ਼ ਨੂੰ ਲੈ ਕੇ ਜਿੱਥੇ ਲੋਕਾਂ ਦੇ ਵੱਲੋਂ ਸੋਚਿਆ ਜਾ ਰਿਹਾ ਸੀ ਕਿ ਇਸ ਦੇ ਨਾਲ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ, ਪਰ ਬਿਲਕੁਲ ਉਲਟ ਇਸ ਦੇ ਬਿਲਕੁਲ ਉਲਟ ਹੁੰਦਾ ਦਿਖਾਈ ਦੇ ਰਿਹਾ ਹੈ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਦਿੱਲੀ ਸੱਦ ਕੇ ਕੈਪਟਨ ਅਮਰਿੰਦਰ ਸਿੰਘ ਦੇ ਜੋ ਕੰਨ ਖਿੱਚੇ ਗਏ ਸਨ, ਉਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੁੰਦਾ ਜਾਪ ਰਿਹਾ ਹੈ। ਦਰਅਸਲ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਤੁਸੀਂ ਕੀਤੇ ਸਨ ਪੰਜਾਬ ਦੇ ਲੋਕਾਂ ਦੇ ਨਾਲ, ਉਹਨਾਂ ਨੂੰ ਛੇਤੀ ਤੋਂ ਛੇਤੀ ਪੂਰਿਆ ਕੀਤਾ ਜਾਣਾ ਚਾਹੀਦਾ ਹੈ। ਅਤੇ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਲੀਹ ਤੇ ਆਉਂਦੇ ਦਿਖਾਈ ਦਿੰਦੇ ਨੇ। ਦਰਅਸਲ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ 2 ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਜਦੋਂ ਉਹਨਾਂ ਨੌਕਰੀਆਂ ਤੇ ਸਵਾਲ ਉੱਠੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਹੱਕਦਾਰ ਹੈ, ਤਰਸ ਦੇ ਆਧਾਰ ਤੇ ਨੌਕਰੀ ਦਾ ਜਿਹੜਾ ਵੀ ਹੱਕਦਾਰ ਹੈ, ਭਾਵੇਂ ਵਿਰੋਧੀ ਪਾਰਟੀਆਂ ਉਸ ਨੂੰ ਲੈ ਆਉਣ, ਮੈਂ ਉਹਨਾਂ ਨੂੰ ਨੌਕਰੀ ਜ਼ਰੂਰ ਦਿਆਂਗਾ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵੱਲੋਂ ਪੈਰਾ ਸਪੋਰਟਸ ਪਰਸਨ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਵਾਲੀ ਸਰਕਾਰੀ ਰਿਹਾਇਸ਼ ਤੇ ਲੈ ਆਂਦਾ ਗਿਆ, ਪਰ ਉੱਥੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਰੱਜ ਕੇ ਖਿੱਚ ਤੂੰ ਇਹਨਾਂ ਪੈਰਾ ਸਪੋਰਟਸ ਪਰਸਨ ਦੀ ਕੀਤੀ ਗਈ, ਜਿਨ੍ਹਾਂ ਦੇ ਵਿੱਚ ਕੁਝ ਅਪਾਹਜ ਵੀ ਸਨ, ਅੰਗਹੀਣ ਵੀ ਸਨ, ਉਹਨਾਂ ਦੀ ਖਿੱਚ ਤੂੰ ਕੀਤੀ ਗਈ ਅਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਗੁਰਮੀਤ ਸਿੰਘ ਮੀਥੇਰ ਜਿਹੜੇ ਕਿ ਆਪ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਨੇ, ਉਹਨਾਂ ਨਾਲ ਵੀ ਕਾਫੀ ਜ਼ਿਆਦਾ ਧੱਕਾ ਮੁੱਕੀ ਇੱਥੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀਤੀ ਗਈ। ਜਿਸ ਤੋਂ ਬਾਅਦ ਕੈਪਟਨ ਸਰਕਾਰ ਦੇ ਖਿਲਾਫ ਇਹਨਾਂ ਖਿਡਾਰੀਆਂ ਦੇ ਵੱਲੋਂ ਰੱਜ ਕੇ ਭੜਾਸ ਕੱਢੀ ਗਈ। ਦਰਅਸਲ ਇਹ ਖਿਡਾਰੀ ਬਹੁਤ ਸਾਰੇ ਮੈਡਲ ਅਤੇ ਅਵਾਰਡ ਜਿੱਤ ਚੁੱਕੇ ਨੇ, ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਨਾ ਤਾਂ ਕੋਈ ਨੌਕਰੀ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਵਿੱਤੀ ਸਹਾਇਤਾ ਦਿੱਤੀ ਗਈ ਹੈ ਅਤੇ ਨਾ ਹੀ ਅੱਗੇ ਵਧਣ ਲਈ ਕੋਈ ਮੌਕਾ ਪ੍ਰਦਾਨ ਕੀਤਾ ਗਿਆ ਹੈ। ਇਸੇ ਕਰਕੇ ਹੀ ਇਹ ਖਿਡਾਰੀ ਸਰਕਾਰ ਨੂੰ ਆਪਣੇ ਮੈਡਲ ਅਤੇ ਅਵਾਰਡ ਵਾਪਸ ਕਰਨ ਲਈ ਆਏ ਸਨ, ਕੈਪਟਨ ਅਮਰਿੰਦਰ ਸਿੰਘ ਨੂੰ ਫੜਾਉਣ ਆਏ ਸਨ ਕਿ ਇਹਨਾਂ ਅਵਾਰਡਾਂ ਦੇ ਨਾਲ, ਇਹਨਾਂ ਮੈਡਲਾਂ ਦੇ ਨਾਲ ਸਾਡਾ ਢਿੱਡ ਨਹੀਂ ਭਰਦਾ ਹੈ, ਜੇਕਰ ਤੁਸੀਂ ਸਾਡੀ ਕੋਈ ਮਦਦ ਦੀ ਨਹੀਂ ਕਰਨੀ ਹੈ ਤਾਂ ਫਿਰ ਅਸੀਂ ਇਹਨਾਂ ਅਵਾਰਡਾਂ ਮੈਡਲਾਂ ਸਨਮਾਨਾਂ ਦਾ ਕੀ ਕਰਨਾ ਹੈ, ਆ ਲਓ ਆਪਣੇ ਅਵਾਰਡ। ਪਰ ਉਸ ਵੇਲੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਕਾਫੀ ਜ਼ਿਆਦਾ ਧੱਕਾ ਮੁੱਕੀ ਇਹਨਾਂ ਸਾਰਿਆਂ ਦੇ ਨਾਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੁਣ ਇਹਨਾਂ ਖਿਡਾਰੀਆਂ ਦੇ ਕੋਲੋਂ ਮੁਆਫੀਆਂ ਮੰਗੀਆਂ ਜਾ ਰਹੀਆਂ ਨੇ। ਸੋਸ਼ਲ ਮੀਡੀਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਇਹਨਾਂ ਖਿਡਾਰੀਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਲ ਕਰਦੇ ਦੇਖੇ ਜਾ ਸਕਦੇ ਨੇ। ਇੱਕ ਤਾਂ ਨੌਕਰੀ ਦੇਣ ਦਾ ਵੀ ਭਰੋਸਾ ਦੇ ਦਿੱਤਾ ਹੈ, ਦੂਜਾ ਮੁਆਫੀਆਂ ਵੀ ਮੰਗ ਲਈਆਂ ਨੇ। ਕੈਪਟਨ ਦੀ ਇਹ ਵੀਡੀਓ ਕਾਲ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ। ਹੈਲੋ ਹੈਲੋ ਹਾਂ ਸਨੀ, ਮਾਰਨਿੰਗ ਸਰ। ਮੈਂ ਉਹਨਾਂ ਨੂੰ ਇਹ ਕਿਸੇ ਨਾਲ ਕਰਾ ਦੋ, ਮੈਂ ਦੱਸਦਾ ਉਹਨਾਂ ਨੂੰ, ਇਹ ਤਾਂ ਅਸੀਂ ਸਪੋਰਟਸ ਮਿਨਿਸਟਰ ਨੂੰ ਕਹਿ ਚੁੱਕੇ ਹਾਂ ਐਂਡ ਦੇ ਆਰ ਇਹ ਅਗਲੇ ਕੈਬਨਿਟ ਦੇ ਵਿੱਚ ਲੈ ਕੇ ਆ ਰਿਹਾ ਸਪੋਰਟਸ ਮਿਨਿਸਟਰ। ਹਾਂ ਬੇਟਾ ਤੁਸੀਂ ਸਤਿ ਸ਼੍ਰੀ ਅਕਾਲ ਬੇਟਾ, ਤੁਹਾਡੇ ਜਿਹੜੀ ਪ੍ਰੋਬਲਮਸ ਨੇ ਵੀ ਹੈਵ ਆਲਰੇਡੀ ਡਿਸਕਸ, ਅਸੀਂ ਡਿਸਕਸ ਕਰ ਚੁੱਕੇ ਹਾਂ ਔਰ ਸੋਢੀ ਸਾਹਿਬ ਇਹਨੂੰ ਅਗਲੀ ਕੈਬਨਿਟ ਦੇ ਵਿੱਚ ਲੈ ਕੇ ਆ ਰਹੇ ਨੇ, ਤਾਂ ਅਸੀਂ ਪਹਿਲਾਂ ਹੀ ਪੋਲਿਸੀ ਬਣਾ ਰਹੇ ਹਾਂ ਤੁਹਾਡੀ, ਸੋ ਫਿਕਰ ਨਾ ਕਰੋ, ਸਾਡੀ ਸਿੰਪਥੀ ਟੋਟਲੀ ਤੁਹਾਡੇ ਨਾਲ, ਅਸੀਂ ਇਹ ਵਾਰੀ ਨਾ ਕਰੋ, ਆਈ ਐਮ ਸੋਰੀ ਤੁਹਾਡੇ ਨਾਲ, ਅੱਜ ਇਹ ਪੁਲਿਸ ਵਾਲਿਆਂ ਨੇ ਕੋਈ ਗੜਬੜ ਕੀਤੀ ਹੈ, ਮੈਂ ਉਹਨਾਂ ਦਾ ਦੇਖਾਂਗਾ, ਬਟ ਤੁਸੀਂ ਯੂ ਡੋਂਟ ਵਾਰੀ, ਜਿੱਥੇ ਤਾਂ ਤੁਹਾਡੀ ਪੋਲਿਸੀ ਹੈ ਸਾਡਾ ਫਰਜ਼ ਬਣਦਾ ਐਂਡ ਵੀ ਵਿਲ ਡੂ ਇਟ। ਯੂ ਟੇਕ ਯੂ ਤੁਸੀਂ ਲਿਸਟ ਲੈ ਕੇ ਗਿਵ ਮੀ, ਕੀਪ ਅ ਕਾਪੀ ਫੋਰ ਮੀ ਔਰ ਇੱਕ ਕਾਪੀ ਸੋਢੀ ਸਾਹਿਬ ਨੂੰ ਭੇਜ ਦਿਓ, ਠੀਕ ਹੈ? ਹਾਂਜੀ, ਐਂਡ ਦੈਟ ਕੈਨ, ਉਹ ਸਾਰਾ ਲਿਸਟ ਲਿਸਟ ਵਿੱਚ ਆ ਜਾਏਗੀ ਸਭ ਕੁਝ ਸਾਡੀ ਕੋਲ। ਨਹੀਂ ਨਹੀਂ, ਥੈਂਕ ਯੂ ਬੇਟਾ, ਥੈਂਕ ਯੂ, ਥੈਂਕ ਯੂ ਸਾਰਿਆਂ ਨੂੰ, ਔਰ ਮੈਂ ਆਈ ਐਮ ਸੋਰੀ ਤੁਹਾਡੇ ਨਾਲ ਪੁਲਿਸ ਨੇ ਜਿਹੜਾ ਕੁਝ ਕੀਤਾ, ਬੜੀ ਅਫਸੋਸ ਦੀ ਗੱਲ ਹੈ। ਯੈਸ ਵੀ ਵਿਲ ਡੂ ਇਟ, ਅਸੀਂ ਕਰਾਂਗੇ, ਡੋਂਟ ਵਾਰੀ, ਨੈਕਸਟ ਕੈਬਨਿਟ ਆ ਜਾਣੀ, ਨੈਕਸਟ ਕੈਬਨਿਟ ਆ ਜਾਣੀ ਹੈ ਬੇਟਾ, ਓਕੇ, ਥੈਂਕ ਯੂ, ਥੈਂਕ ਯੂ। ਇਸ ਵੀਡੀਓ ਕਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹਦਾਇਤ ਦੇ ਦਿੱਤੀ ਹੈ ਕਿ ਅਗਲੀ ਕੈਬਨਿਟ ਬੈਠਕ ਦੇ ਵਿੱਚ ਇਹਨਾਂ ਖਿਡਾਰੀਆਂ ਦੇ ਲਈ ਨੌਕਰੀਆਂ ਕਿਵੇਂ ਦਿੱਤੀਆਂ ਜਾਣੀਆਂ ਨੇ, ਇਸ ਨੂੰ ਲੈ ਕੇ ਪਾਲਿਸੀ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ ਜਾਂ ਫਿਰ ਸਰਕਾਰ ਜੋ ਵੀ ਮਦਦ ਇਹਨਾਂ ਦੀ ਕਰ ਸਕਦੀ ਹੈ ਕੀਤੀ ਜਾ ਸਕੇ। ਪਰ ਇਸ ਸਭ ਨੂੰ ਲੈ ਕੇ ਜਿਹੜੀਆਂ ਨੌਕਰੀਆਂ ਪਹਿਲਾਂ ਦਿੱਤੀਆਂ ਗਈਆਂ ਨੇ ਉਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਕਸੂਤੀ ਫਾਦੀ
ਬਾਜ਼ੀ ਦਿਖਾਈ ਦਿੰਦੀ ਹੈ ਪਰ ਖਬਰ ਹੁਣ ਇੱਕ ਹੋਰ ਵੀ ਆ ਰਹੀ ਹੈ ਕੈਪਟਨ ਸਰਕਾਰ ਦੇ ਵੱਲੋਂ ਪੰਜਾਬ ਦੇ ਸਾਰੇ ਹੀ ਪਰਿਵਾਰਾਂ ਦੀ 200 ਯੂਨਿਟ ਬਿਜਲੀ ਦੇ ਮੁਆਫ ਕੀਤੇ ਜਾ ਸਕਦੇ ਨੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਿਹੜੇ 18 ਕੰਮ ਕਹਿ ਗਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜਾ ਕੇ ਪੰਜਾਬ ਦੇ ਵਿੱਚ ਪਹਿਲਾਂ ਕੰਮ ਕਰਕੇ ਆਓ ਫਿਰ ਦੇਖਾਂਗੇ ਕਿ ਮੁੱਖ ਮੰਤਰੀ ਦਾ ਉਮੀਦਵਾਰ ਕਿਸ ਨੂੰ ਬਣਾਉਣਾ ਹੈ ਉਹਨਾਂ 18 ਪੁਆਇੰਟਸ ਦੇ ਵਿੱਚ 200 ਯੂਨਿਟ ਪਰਿਵਾਰਾਂ ਨੂੰ ਬਿਜਲੀ ਮੁਫਤ ਦੇਣਾ ਵੀ ਹੈ ਕਿਉਂਕਿ ਆਪਣੇ ਮੈਨੀਫੈਸਟੋ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਵੀ ਕੀਤਾ ਸੀ ਹੁਣ ਖਬਰਾਂ ਆਉਣ ਲੱਗ ਪਈਆਂ ਨੇ ਕਿ ਕੈਪਟਨ ਸਰਕਾਰ ਦੇ ਵੱਲੋਂ ਇਹ ਤਿਆਰੀ ਖਿੱਚੀ ਜਾ ਰਹੀ ਹੈ ਕਿ ਪੰਜਾਬ ਦੇ ਸਾਰੇ ਹੀ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਫ੍ਰੀ ਦਿੱਤੀ ਜਾ ਸਕਦੀ ਹੈ ਜਿੰਨੇ ਵੀ ਮਹੀਨੇ ਇਸ ਸਰਕਾਰ ਦੇ ਬਚੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਅਦੇ ਪੂਰੇ ਕਰਨ ਦੇ ਵੱਲ ਕਦਮ ਵਧਾ ਲਿਆ ਹੈ ਭਾਵੇਂ ਕੁਝ ਕੁ ਦਿਨਾਂ ਦਾ ਹੀ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਵੇ ਪਰ ਕਾਂਗਰਸੀ ਕਲੇਸ਼ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ ਹੈ ਜਿਹੜੀਆਂ ਨੌਕਰੀਆਂ ਦਿੱਤੀਆਂ ਸਨ ਸਰਕਾਰੀ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਹੁਣ ਫਤਿਹ ਜੰਗ ਸਿੰਘ ਬਾਜਵਾ ਦੇ ਵੱਲੋਂ ਆਪਣੇ ਦੋਨਾਂ ਪੁੱਤਰਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ ਉਹਨਾਂ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਤੁਹਾਨੂੰ ਇਹ ਵੀ ਸੁਣਾ ਦਿੰਦੇ ਹਾਂ ਕਿ ਇਸ ਮੌਕੇ ਫਤਿਹ ਜੰਗ ਸਿੰਘ ਬਾਜਵਾ ਦਾ ਕਹਿਣਾ ਕੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਿਸ ਵਕਤ ਇਸ ਨੌਕਰੀ ਦੀ ਗੱਲ ਦੋ ਤਿੰਨ ਦਿਨ ਪਹਿਲੇ ਆਈ ਔਰ ਜਿਸ ਕਿਸਮ ਦੀ ਰਾਜਨੀਤੀ ਹੋਣ ਲੱਗੀ ਅਸੀਂ ਉਸੇ ਵਕਤ ਘਰ ਵਿੱਚ ਫੈਸਲਾ ਕਰ ਲਿਆ ਔਰ ਮੈਂ ਕੈਪਟਨ ਸਾਹਿਬ ਨੂੰ ਮੈਸੇਜ ਪਾ ਕੇ ਕਿਹਾ ਕੈਪਟਨ ਸਾਹਿਬ ਪਲੀਜ਼ ਇਸ ਨੌਕਰੀ ਨੂੰ ਅਰਜਨ ਪ੍ਰਤਾਪ ਨੌਕਰੀ ਨਹੀਂ ਲੈਣਾ ਚਾਹੁੰਦਾ ਅਸੀਂ ਇਸ ਨੌਕਰੀ ਨਹੀਂ ਲੈਣੀ ਮੈਂ ਇਹਨਾਂ ਮਨਿਸਟਰਸ ਨੂੰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਜਿਨ੍ਹਾਂ ਦਾ ਬੇਟਾ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ ਸੁਖ ਸਰਕਾਰੀਆ ਸਾਹਿਬ ਜਿਨ੍ਹਾਂ ਦਾ ਭਤੀਜਾ ਜ਼ਿਲ੍ਹਾ ਪਰਿਸ਼ਦ ਅੰਮ੍ਰਿਤਸਰ ਦਾ ਚੇਅਰਮੈਨ ਹੈ ਸੁਨੀਲ ਜਾਖੜ ਸਾਹਿਬ ਜਿਹੜੇ ਸਾਡੇ PCC ਦੇ ਪ੍ਰਧਾਨ ਨੇ ਉਹਨਾਂ ਦਾ ਭਤੀਜਾ ਅਜੇ ਵੀਰ ਸਿੰਘ ਪੰਜਾਬ ਫਾਰਮਰ ਕਮਿਸ਼ਨ ਦਾ ਚੇਅਰਮੈਨ ਹੈ ਉਹ ਪ੍ਰੈਸੀਡੈਂਟ ਨੂੰ ਫੋਲੋ ਕਰਨਗੇ ਫਤਿਹ ਜੰਗ ਸਿੰਘ ਬਾਜਵਾ ਦੀ ਇਸ ਗੱਲ ਤੋਂ ਬਿਲਕੁਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਵੇਂ ਕਿ ਉਹਨਾਂ ਨੂੰ ਨੌਕਰੀ ਤੋਂ ਇਨਕਾਰ ਕਰਨਾ ਪੈ ਰਿਹਾ ਹੈ ਪਰ ਅੰਦਰੋਂ ਅੰਦਰੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਹੈ ਕਿ ਉਹਨਾਂ ਨੇ ਇੱਕ ਨੌਕਰੀ ਲਈ ਹੈ ਅਤੇ ਉਹੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਉਹਨਾਂ ਦਾ ਦਿਲ ਨਹੀਂ ਕਰ ਰਿਹਾ ਸੀ ਇਸੇ ਕਰਕੇ ਹੀ ਇਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਤਿੰਨਾਂ ਨੇ ਭਾਵ ਦੋ ਪੁੱਤਰਾਂ ਨੇ ਅਤੇ ਇੱਕ ਪਿਓ ਨੇ ਉਹਨਾਂ ਸਾਰੇ ਲੋਕਾਂ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਹੈ ਜਿਨ੍ਹਾਂ ਦੇ ਵੱਲੋਂ ਇਹਨਾਂ ਸਰਕਾਰੀ ਨੌਕਰੀਆਂ ਤੇ ਸਵਾਲ ਚੁੱਕੇ ਜਾ ਰਹੇ ਸਨ ਫਤਿਹ ਜੰਗ ਸਿੰਘ ਬਾਜਵਾ ਨੇ ਆਪਣੇ ਹੀ ਕਾਂਗਰਸੀ ਲੀਡਰਾਂ ਤੇ ਵੀ ਸਵਾਲ ਚੁੱਕ ਦਿੱਤੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਪੁੱਤ ਭਤੀਜਿਆਂ ਨੂੰ ਚੇਅਰਮੈਨੀਆਂ ਦਵਾਈਆਂ ਜਾਂਦੀਆਂ ਨੇ ਉਹਨਾਂ ਨੇ ਸੁਨੀਲ ਜਾਖੜ ਨੂੰ ਵੀ ਨਹੀਂ ਬਖਸ਼ਿਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਵੀ ਨਹੀਂ ਬਖਸ਼ਿਆ ਕੈਬਿਨਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦਾ ਨਾਮ ਵੀ ਇੱਥੇ ਫਤਿਹ ਜੰਗ ਸਿੰਘ ਬਾਜਵਾ ਦੇ ਵੱਲੋਂ ਲੈ ਦਿੱਤਾ ਗਿਆ ਹੈ ਪਰ ਇੱਕ ਪਾਸੇ ਜਿੱਥੇ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤਰ ਨੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਉੱਧਰ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਅੱਜ ਤੋਂ 4 ਸਾਲ ਪਹਿਲਾਂ DSP ਕੈਪਟਨ ਸਰਕਾਰ ਦੇ ਵੱਲੋਂ ਇਸੇ ਹੀ ਆਧਾਰ ਤੇ ਲਾਇਆ ਗਿਆ ਸੀ ਆਮ ਆਦਮੀ ਪਾਰਟੀ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆਉਂਦੀ ਦਿਖਾਈ ਦਿੰਦੀ ਹੈ ਕੀ ਕਹਿਣਾ ਹੈ ਇੱਥੇ ਕੁਲਤਾਰ ਸਿੰਘ ਸੰਧਵਾਂ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿ ਇੰਨੀ ਫੇਲ ਸਰਕਾਰ ਹੈ ਵੀ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਜੇ ਅਸੀਂ ਵਿਰੋਧ ਕੀਤਾ ਤੇ ਫਤਿਹ ਬਾਜਵਾ ਜੀ ਦੇ ਬੇਟੇ ਨੇ ਨੌਕਰੀ ਲੈਣ ਤੋਂ ਇਨਕਾਰ ਕਰਨ ਤੇ ਮਜਬੂਰ ਹੋਏ ਆ ਉਹ ਤੇ ਕੀ ਜਿਹੜੇ ਸਾਹਿਬ ਬੇਅੰਤ ਸਿੰਘ ਦਾ ਪਰਿਵਾਰ ਆ ਉਹ ਬੇਇੱਜ਼ਤੀ ਪ੍ਰੂਫ ਪਰਿਵਾਰ ਹੈ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਵੀ ਇਹ ਨੌਕਰੀ ਛੱਡਣੀ ਚਾਹੀਦੀ ਹੈ ਪਾਂਡੇ ਜੀ ਦੇ ਬੇਟੇ ਨੂੰ ਵੀ ਨੌਕਰੀ ਛੱਡਣੀ ਚਾਹੀਦੀ ਔਰ ਕਹਿਣਾ ਚਾਹੀਦਾ ਵੀ ਜਿਹੜੇ ਪੈਰਾਲੰਪਿਕ ਦੇ ਜਿਹੜੇ ਬੱਚੇ ਜਿਹਨਾਂ ਨੂੰ ਅੱਜ ਨੇ ਕੁੱਟਿਆ ਸੀ ਉਹਨਾਂ ਨੂੰ ਨੌਕਰੀ ਦਿੰਦੇ ਆ ਇਹ ਇੱਕ ਇਹ ਪੰਜਾਬ ਸਰਕਾਰ ਨੂੰ ਫੈਸਲਾ ਤੁਰੰਤ ਲੈਣਾ ਚਾਹੀਦਾ ਨਹੀਂ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਹਰ ਥਾਂ ਵਿਰੋਧ ਕਰਾਂਗੇ ਇਸ ਤਰ੍ਹਾਂ ਇੱਕ ਪਾਸੇ ਜਿੱਥੇ ਵਿਰੋਧੀ ਪਾਰਟੀਆਂ ਨੇ ਦਬਾਅ ਬਣਾ ਕੇ ਵਿਰੋਧੀ ਪਾਰਟੀਆਂ ਨੇ ਅਤੇ ਪੰਜਾਬ ਦੇ ਲੋਕਾਂ ਨੇ ਪ੍ਰੈਸ਼ਰ ਬਣਾ ਕੇ ਇਹਨਾਂ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਤੋਂ ਇਨਕਾਰ ਕਰਨ ਦੇ ਲਈ ਮਜਬੂਰ ਕਰ ਦਿੱਤਾ ਹੈ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਰਕੇਸ਼ ਪਾਂਡੇ ਦੇ ਵੱਲੋਂ ਵੀ ਇਹ ਕੌੜਾ ਘੁੱਟ ਭਰਿਆ ਜਾ ਸਕਦਾ ਹੈ ਉਹ ਵੀ ਨੌਕਰੀ ਲੈਣ ਤੋਂ ਇਨਕਾਰ ਕਰ ਸਕਦੇ ਨੇ ਉੱਧਰ ਦੂਜੇ ਪਾਸੇ ਹੁਣ ਰਵਨੀਤ ਸਿੰਘ ਬਿੱਟੂ ਦੇ ਪਿੱਛੇ ਵੀ ਇਹ ਵਿਰੋਧੀ ਪਾਰਟੀਆਂ ਪੈਂਦੀਆਂ ਦਿਖਾਈ ਦਿੰਦੀਆਂ ਨੇ ਸ਼੍ਰੋਮਣੀ
अकाली दल के मजीठा तो विधायक बिक्रम सिंह मजीठिया ने भी ऐलान कर दिया है कि जेकर इन्होंने नौकरी लैन तो इनकार कर दिया है तो इस आधार से ही रवनीत बिट्टू के भरा भी DSP लाया गया सी, उसनू असी नौकरी नहीं कर देंगे। जिथे भी नौकरी ते जाएगा श्रोमणी अकाली दल के वलों उसका विरोध किया जाएगा। इस तरह पंजाब कांग्रेस पंजाब सरकार पूरी तरह कसूती घिर दी दिखाई देती है, पर पंजाब के मुख्यमंत्री कैप्टन अमरिंदर सिंह के वलों हुण केंद्रीय हाई कमान दीआं हदायतां दा पालन करना शुरू कर दिता गया है। उन्हां दे हाव भाव तो इदां ही जापदा है क्योंकि पिछले 4.5 साल तो कैप्टन सरकार के खिलाफ कैप्टन अमरिंदर सिंह के खिलाफ बहुत लोगों के वलों रोस प्रदर्शन किए गए हैं, पर कदे भी वीडियो कॉल करके कैप्टन अमरिंदर सिंह ने प्रदर्शनकारियों के कोलों मुआफियां नहीं मंगिया। इदां दा कैप्टन अमरिंदर सिंह के कार्यकाल के विच पहली बार देखिया जा रहा है। एक सवाल तुहाडे कोलों पुछ लेना चाहुंदे आ कि तुहानूं वी इदां लगता है एक कांग्रेस हाई कमान के वलों जो झाड़ झंब कैप्टन अमरिंदर सिंह की की गई है उसका फायदा पंजाब के लोगों को हो सकता है कि जो कांग्रेस पार्टी के वलों सिर्फ अगलिया चोणा जितने के लिए यह चुनावी स्टंट ही किया जा रहा है। जो भी तुहानूं लगता है एक कमेंट करके अपनी राय खुल के बेबाक होकर जरूर दिओ। जेकर इस तरह ही हर खबर निरपक्षता नाल देखते रहना चाहते हो तो यूट्यूब से पंजाब टीवी के चैनल को सबसक्राइब कर लो, बैल वाला बटन जरूर दबा लेना। जेकर यह खबर तुम फेसबुक से देख रहे हो तो फेसबुक से पंजाब टीवी का पेज लाइक कर लो। मैं जज सिंह चाहल अगली बार फिर हाजिर होवांगा। तुम देखते रहो पंजाब टीवी, हर खबर का सच